ਫੋਨ ਆਇਆ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਮੈਂ ਤਾਰਿਕ ਜਮੀਲ ਕੀ ਹਾਲ ਹੈ ਸਾਰੇ ਦੋਸਤੋ ਮੈਂ ਠੀਕ ਠਾਕ ਉਮੀਦ ਹੈ ਸਾਰੇ ਖੈਰ ਤੁਹਾਨੂੰ ਦੱਸਣ ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਆਏ ਖਲਮ ਆਪਣੇ ਨਾਨਕੇ ਘਰ ਮਸੇਰ ਉਹ ਲਾਈਆਂ ਪਲੇਟਾਂ ਮਾਮੂ ਅਤੇ ਮਸੇਰ ਰਲ ਕੇ ਅਤੇ ਇਹ ਪਲੇਟਾਂ ਹੁਣ ਚੱਲਦੀਆਂ ਪਈਆਂ ਪਹਿਲੇ ਚਲਾਈਆਂ ਨੇ ਲੇਕਿਨ ਅੱਜ ਦੁਬਾਰਾ ਮੁੜ ਚਲਾ ਰਹੇ ਚੈੱਕ ਕਰੋ ਛੁਰੀ ਤੇਜ਼ ਕਰ ਰਿਹਾ ਜੋ ਦੇ ਰਿਹਾ ਸਦਕਾ ਸਦਕੇ ਦਾ ਗੋਸ਼ਤ ਖਾਣਾ ਹੈ ਸਾਫ਼ ਕਿਉਂਕਿ ਇਸ 'ਤੇ ਸਦਕਾ ਲੱਗਦਾ ਅਮੂਮਨ ਇਸ 'ਤੇ ਸਦਕਾ ਲੱਗਦਾ ਕਿਉਂਕਿ ਮਸੇਰ ਤੇਰੀ ਕੀ ਖਾਮੀ ਹੈ ਜੋ ਖਾਸ ਵਜ੍ਹਾ ਤੇ ਸਦਕਾ ਲੱਗਦਾ ਨਾ ਜਿਹੜਾ ਹੁੰਦਾ ਨਾ ਕੁਆਰਾ ਰੰਡਣ ਪੁੱਤਣ ਬੰਦਾ ਜਿਹਨੂੰ ਰਿਸ਼ਤਾ ਪੂਰੀ ਬਰਾਦਰੀ 'ਚ ਨਾ ਟੀਂਦਾ ਫਿਰ ਉਸ 'ਤੇ ਸਦਕਾ ਹਮੇਸ਼ਾ ਤੋਂ ਲੱਗਦਾ ਹੁੰਦਾ ਖੈਰ ਮਜ਼ਾਕ ਕਰਦੇ ਕਰਦੇ ਅਸੀਂ ਇੱਕ ਹੀ ਨਾ ਲੈਣ ਦੀ ਕੁੱਕੜ ਉਹ ਸਦਕਾ ਕਰਕੇ ਉਸ ਤੋਂ ਬਾਅਦ ਚਲਾਈਂਦੇ ਹਾਂ ਟੂਵੈਲ ਤੁਹਾਨੂੰ ਵੀ ਕਹਿੰਦੇ 52 ਪਲੇਟ ਟੋਟਲ ਲੱਗੀ ਖਲੀਏ ਯਾਨੀ ਕਿ ਹਰ ਇੱਕ ਸਟੈਂਡ 'ਤੇ ਕਿਤਨੀ ਪਲੇਟ ਮਸੇਰ ਹਾਂਜੀ ਇਹ ਟੋਟਲ ਪਲੇਟਾਂ ਲੱਗੀਆਂ ਖਲੀਆਂ 52 ਅਤੇ 52 ਪਲੇਟ ਅਤੇ 4 ਦੇ ਨਾਲ ਜ਼ਿਮੀਦਾਰ ਹਜ਼ਰਾਤ ਦੇਖੋ ਵੀ ਕਿਤਨਾ ਇੱਕ ਪਾਣੀ ਨਿਕਲ ਸੀ ਥੋੜ੍ਹਾ ਜ਼ਿਆਦਾ ਕਮੈਂਟ ਬਾਕਸ 'ਤੇ ਤੁਸੀਂ ਲਾਜ਼ਮੀ ਦੱਸੋ ਪਾਣੀ ਨਾਲ ਕੀ ਆ 5 ਦੀ ਹਾਂ ਸੋਰੀ 5 ਦੀ ਨਾਲ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਮਹਿੰਗਾਈ ਇਤਨੀ ਇੱਕ ਸ਼ਦੀਦ ਹੋ ਗਈ ਵੀ ਟੇਲੀ ਵਾਲਿਆਂ ਨੂੰ ਟੈਕਸ ਇਤਨੇ ਜ਼ਿਆਦਾ ਆ ਰਹੇ ਕਿ ਹਰ ਬੰਦਾ ਪਲੇਟਾਂ ਦੀ ਕੋਸ਼ਿਸ਼ ਕਰ ਰਿਹਾ ਜਿਹਦਾ ਤਕਰੀਬਨ ਮੁਰਬਾ ਰਕਬੇ ਦਾ ਨਾ ਉਹ ਆਪਣੀਆਂ ਪਲੇਟਾਂ ਲਾ ਕੇ ਆਪਣਾ ਵਸੈਲ ਬਣਾ ਰਿਹਾ ਇਸ ਵਜ੍ਹਾ ਤੋਂ ਹਰ ਬੰਦਾ ਪਲੇਟਾਂ ਦਾ ਔਰ ਪਲੇਟਾਂ ਦਾ ਨੁਕਸਾਨ ਵੀ ਹੈ ਫਾਇਦਾ ਵੀ ਹੈ ਫਾਇਦਾ ਤਾਂ ਕਿ ਤੁਹਾਡਾ ਕਾਸ਼ਤ ਅੱਛੀ ਹੋ ਜਾਂਦੀ ਯਾਨੀ ਕਿ ਪਾਣੀ ਦਾ ਵਸੈਲ ਆਪਣਾ ਬਣ ਜਾਂਦਾ ਸਹੂਲਤ ਬਣ ਜਾਂਦੀ ਹੈ ਅਤੇ ਘਾਟਾ ਹੈ ਵੀ ਗਰਮੀ ਇਤਨੀ ਵੱਧ ਗਈ ਨਾ ਪਲੇਟਾਂ ਦੀ ਵਜ੍ਹਾ ਤੋਂ ਖਾਸ ਤੌਰ 'ਤੇ ਪਲੇਟਾਂ ਜਦੋਂ ਤੂੰ ਸੂਰਜ ਦੀ ਛੁਆਵਾਂ ਕੈਚ ਕਰਦੇ ਨਾ ਤਾਂ ਗਰਮੀ ਦੀ ਸ਼ਿੱਦਤ ਬਹੁਤ ਜ਼ਿਆਦਾ ਹੋ ਜਾਂਦੀ ਇਸ ਵਜ੍ਹਾ ਤੋਂ ਯਾਨੀ ਕਿ ਨਾ ਪਲੇਟਾਂ ਦੀ ਵਜ੍ਹਾ ਤੋਂ ਬਦਲੀ ਵੀ ਜ਼ਿਆਦਾ ਰਹਿੰਦੀ ਹੈ ਔਰ ਗਰਮੀ ਵੀ ਸੁੱਖ ਵੀ ਹਨ ਦੁੱਖ ਵੀ ਹਨ ਹੁਣ ਮੁਰਗੀ ਹਲਾਲ ਕਰਕੇ ਸਦਕਾ ਕਰ ਸਨ ਕਿਸੇ ਗਰੀਬ ਨੂੰ ਦੇ ਦੇ ਸਨ ਤਾਂ ਉਸ ਤੋਂ ਬਾਅਦ ਟੂਵੈਲ ਚਲੇ ਜਾਂਦੇ ਤੁਹਾਨੂੰ ਵੀ ਚੈੱਕ ਕਰੇ ਹਾਂ ਵੈਰੀ ਗੁੱਡ ਅਤੇ ਮਿੱਟੀ ਸਦੀ ਜਮੀ ਪਈ ਇਸ ਵਜ੍ਹਾ ਤੋਂ ਇਸਨੂੰ ਨਾ ਥੋੜ੍ਹੀ ਬਹੁਤ ਸਫਾਈ ਕਰਨ ਦੇ ਪਣ ਤਾਂ ਕਿ ਨਾ ਪਾਣੀ ਜ਼ਿਆਦਾ ਘਟੇ ਆ ਚੈੱਕ ਕਰ ਹਾਲੇ ਉਹ ਸਾਰੀਆਂ ਸਫਾਈ ਕਰਨੀ ਟੂਵੈਲ ਪਈ ਚਲਦੀ ਉਹ ਚੱਲ ਗਈ ਚੈੱਕ ਕਰੋ ਸਲਫ ਮਾਰਿਆ ਨੇ ਹੁਣ ਨਾਲ ਉਹ ਮਹਿਲ ਆ ਗਿਆ ਸੀ ਜਾ ਕੁਦਰਤੀ ਬਣੀ ਖਾਲੀ ਨੇ ਹਾਂ ਲਾ ਦਿੱਤੀ ਨੇ ਪਾਣੀ ਤੋਂ ਫਰਕ ਹੋਇਆ ਕਿ ਨਹੀਂ ਅਰੇ ਹੁਣ ਆਇਆ ਮਾਸ਼ਾਅੱਲਾ ਚੱਲ ਗਈ ਪਾਣੀ ਜ਼ਬਰਦਸਤ ਨਿਕਲਿਆ ਮੈਨੂੰ ਮੈਂ ਕੋਈ ਨਹੀਂ ਪਤਾ ਕੱਲ੍ਹ ਨਾ ਵਿੱਚ ਆ ਗਿਆ ਆਇਆ ਕੱਟ ਭਰਾ ਅੱਛਾ ਨਖਰੇ ਬੜੇ ਆਂਦੇ ਪਤਾ ਇਹ ਮੈਂ ਵਿੱਚ ਲੇਟ ਹਾਲਤ ਕਰ ਬਿਲਕੁਲ ਸਾਫ਼ ਕੋਈ ਨਹੀਂ ਤਲਵੀਆਂ ਸਾਫ਼ ਕਿਦਨ ਉਤਨੇ ਸਾਫ਼ ਕੋਈ ਨਹੀਂ ਤੇ ਪਾਣੀ ਇਸ ਤੋਂ ਵੀ ਮਾਸ਼ਾਅੱਲਾ ਜ਼ਿਆਦਾ ਕੱਢਿਆ ਤੇ ਕੋਈ ਕੁੱਤਾ ਕੰਮ ਇੱਕ ਆ ਬਸ ਕਰ ਹੋ ਨਾ ਕਰ ਹੋ ਗੈਰਤ ਕਾ ਕਰ ਹੋ ਬਸ ਕਰ ਉਪਰ ਬੰਦਨ ਤੇ ਕੁੱਤਾ ਕੋ ਕੋ ਕਰਦਾ ਮੇਰੇ ਨਾਨਕੇ ਦਾ ਨਾ ਨਾਨਕੇ ਘਰ ਆਇਆ ਨਾ ਟੂਵੈਲ ਹਾਲੇ ਤੱਕ ਚੱਲੀ ਖਲੀਏ ਟਾਈਮ ਤਕਰੀਬਨ ਇੱਕ ਦੋ ਆਉਣਾ ਲੈ ਅਤੇ ਗਰਮੀ ਇਤਨੀ ਕੁ ਸ਼ਦੀਦ ਹੈ ਨਾ ਹੱਦ ਕੋਈ ਨਹੀਂ ਅੱਜ ਦੇ ਡੇ ਅਸੀਂ ਇੱਥੇ ਹਾਂ ਸੁਬਾਹ ਇਨਸ਼ਾਅੱਲਾ ਘਰ ਚੱਲਸਾਂ ਹੁਣ ਇਸ ਟਾਈਮ ਮੇਰਾ ਦੂਸਰਾ ਮਾਮੂ ਹੋਰੀ ਸਾਡੀ ਰੋਟੀ ਟੁਕਾਏ ਉੱਥੇ ਚੱਲਣੇ ਰੋਟੀ ਛੋਟੀ ਖਾ ਕੇ ਸਮਝਣੇ ਹਾਂ ਸੈਂਕਟਾ ਮੁੜਸਾਂ ਇਨਸ਼ਾਅੱਲਾ
क्या करें दखला उमरियो पत तेरी बंदा अबान कपड़े तो ना करती हैं हाँ ना कर एयरलाइटरी ये अंदा बचपन आधे इंजरे अंदा ना बचपन दे एक वक्त तो साढ़े तेरी आई ऐसी भी इसे कारी थे जब नॉन के अंदर छोटे छोटे अंदर से ना अंदर से तो ना अंदर से आज भाई जा रहा बेटा देखो माशाल्लाह बचपन थोड़ा दिन होता लेकिन सारी जिंदगी याद रहता बच्चे सारा दिन चेक करो ट्यूबवेल तो नहा 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 के तो बड़ा फास्ट नहीं आई ट्यूबवेल चली पागल है पानी वाकई बड़ा छट है इस गल का शक चेक करो अंदर बड़ा पानी छट है गर्म है तकरीबन घंटा पहले पहुंचे से घर नानके घर इतना करें अस वीडियो तो एंड उम्मीद तुम साड़ी अज वीडियो अच्छी लगी अगर साड़ी अज वीडियो अच्छी लगी साढ़े चैनल सब्सक्राइब करो अल्लाह पाक तुम सारे खुश रखे हंसते रहो हंसते रहो मिलते हैं इंशाल्लाह नेक्स्ट वीडियो तब तक के लिए अल्लाह हाफिज़ नींद मैंने बड़ी ज्यादा आई थी क्योंकि आके थोड़ा बहुत कम शम किया तो टूल माशाल्लाह उन्हों की चल गई जबरदस्त जी हालात अजकल ट्वेली दिन बेहतर है कि बंदा सोलर पैनल तो ट्वेली वगैरह लवा ले सोलर पैनल वैसे भी बहुत ज्यादा पाकिस्तान के